ਸੇਮ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਸੇ ਇਸੇ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ 3 ਕੁੰਡੇ ਵੱਧ। ਇਹ ਵਾਲਾ ਡਿਜ਼ਾਇਨ ਮੈਂ ਤੁਹਾਨੂੰ ਸਿਰਫ ਇੱਕ ਡੱਬੀ ਬਣਾ ਕੇ ਦੱਸੂੰਗੀ। ਅਤੇ ਇਸ ਡੱਬੀ ਨੂੰ ਬਣਾਉਣ ਦੇ ਲਈ ਮੈਂ ਪਹਿਲਾਂ ਤੋਂ ਹੀ 9 ਕੁੰਡੇ ਪਾ ਰੱਖੇ ਨੇ, ਸੇ ਕੁੰਡੇ ਡਿਜ਼ਾਇਨ ਦੇ ਅਤੇ 3 ਕੁੰਡੇ ਵੱਧ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਸ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। 1 2 2 ਕੁੰਡੇ ਸਿੱਧੇ ਬੁਣਾਂਗੇ, ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ। ਦੂਸਰੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਤੀਸਰੀ ਸਿਲਾਈ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਸ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ। ਚੌਥੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਪੰਜਵੀਂ ਸਿਲਾਈ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 3 ਕੁੰਡੇ ਸਿੱਧੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇਸ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ। ਛੇਵੀਂ ਸਿਲਾਈ ਉਲਟੀ ਬੁਣਾਂਗੇ, ਸੱਤਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਅੱਠਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਨੌਵੀਂ ਸਿਲਾਈ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ। 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਇੱਕ ਕੁੰਡਾ ਸਿੱਧਾ ਬੁਣਾਂਗੇ, ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ। ਦਸਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਗਿਆਰਵੀਂ ਸਿਲਾਈ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, ਇੱਕ ਕੁੰਡਾ ਸਿੱਧਾ, ਸੋਰੀ, 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, 2 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ। ਸਾਰੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਤੇਰਵੀਂ ਸਿਲਾਈ ਪਹਿਲੇ 2 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, 2 ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, 3 ਕੁੰਡੇ ਸਿੱਧੇ ਬੁਣਾਂਗੇ। ਧਾਗਾ ਆਪਣੀ ਸਾਈਡ, 2 ਕੁੰਡੇ ਉਲਟੇ।
ਬੈਕ ਸਾਈਡ ਦੀਆਂ ਸਾਰੀਆਂ ਸਿਲਾਈਆਂ ਉਲਟੀਆਂ ਮੁੜ ਕੇ ਕੰਪਲੀਟ ਕਰਾਂਗੇ। ਪੰਦਰਵੀਂ ਸਿਲਾਈ ਉਲਟੀ ਮੁੜ ਕੇ ਕੰਪਲੀਟ ਕਰਾਂਗੇ। ਸੋਲ੍ਹਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਇਹ ਦੇਖੋ ਜੀ, ਇਹ ਵਾਲਾ ਡਿਜ਼ਾਇਨ ਬਣ ਕੇ ਆਪਣਾ ਕੰਪਲੀਟ ਹੈ। ਤੁਸੀਂ ਜਿਹੜੇ ਇਹ ਮੈਨੇ ਦੋ ਕੁੰਡੇ ਉਲਟੇ ਕੀਤੇ ਨੇ, ਵੈਸੇ ਡਿਜ਼ਾਇਨ ਦਾ ਇੱਕ ਕੁੰਡਾ ਹੀ ਉਲਟਾ, ਇਹ ਐਜ ਏ ਸਟਿਚ ਕੁੰਡਾ। ਇਸ ਨੂੰ ਤੁਸੀਂ ਬਿਨਾਂ ਬੁਣੇ ਵੀ ਉਤਾਰ ਸਕਦੇ ਹੋ, ਸਿੱਧਾ ਵੀ ਬੁਣ ਸਕਦੇ ਹੋ, ਪਰ ਮੈਂ ਹਰ ਇੱਕ ਵਾਰ ਇਸ ਨੂੰ ਉਲਟਾ ਹੀ ਬੁਣਦੀ ਹਾਂ। ਅਤੇ ਇਹ 16 ਸਿਲਾਈਆਂ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।